ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਦੀਪ ਕੌਰ ਸਿੱਧੂ ਅਤੇ ਅੱਜ ਅਸੀਂ ਆਪਣੀ 184 ਜਿਹੜਾ ਅਸੀਂ ਕੈਂਪੇਨ ਅਸੀਂ ਅੱਜ ਕਰ ਰਹੇ ਹਾਂ ਪਿੰਡ ਨੌਰੰਗਾਬਾਦ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ। ਅਤੇ ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਸਿੰਘ ਜੀ ਜੋ ਕਿ ਹਾਂਗਕਾਂਗ ਤੋਂ ਨੇ, ਉਹਨਾਂ ਦੀ ਪੂਰੀ ਫੈਮਿਲੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਆਪਣੇ ਪਿੰਡ ਦੇ ਸਕੂਲ ਨੂੰ ਸਪੋਂਸਰ ਕੀਤਾ ਹੈ ਜਿੱਥੇ ਕਿ ਤਕਰੀਬਨ 200 ਬੱਚੇ ਨੇ ਇਸ ਪਿੰਡ ਦੇ ਸਕੂਲ ਦੇ। ਅਤੇ ਇੱਕ ਵੱਡਾ ਕੈਂਪੇਨ ਹੈ ਅਤੇ ਫੁੱਲੀ ਸਪੋਂਸਰਡ ਕੈਂਪੇਨ ਹੈ। ਸੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਕੈਂਪੇਨ ਨੂੰ ਅੱਜ ਸਪੋਂਸਰ ਕੀਤਾ ਹੈ। ਅਤੇ ਦੁਨੀਆ ਦੇ ਸਭ ਤੋਂ ਵੱਡੇ ਸਟੈਚੂ ਜਿਹੜਾ ਕਿ ਬਣ ਰਹੇ ਨੇ ਸਾਡੇ ਦੇਸ਼ ਵਿੱਚ, ਦੁਨੀਆ ਦੇ ਸਭ ਤੋਂ ਵੱਡੇ ਬੁੱਤ ਜਿੱਥੇ ਬਣ ਰਹੇ ਨੇ, ਸਟੈਚੂ ਆਫ ਯੂਨਿਟੀ ਬਣ ਰਹੇ ਨੇ, ਏਕਤਾ ਨੂੰ ਪ੍ਰਤੀਕ ਯੂਨੋ ਕਰਦੇ ਜਿਹੜੇ ਸਟੈਚੂ ਸਾਡੇ ਦੇਸ਼ ਵਿੱਚ ਬਣਦੇ ਨੇ, ਸਾਨੂੰ ਉਹਨਾਂ ਉਸ ਦੇਸ਼ ਦੇ ਬੱਚਿਆਂ ਦੇ ਜਿਹੜੇ ਪੈਰਾਂ ਵੱਲ ਦਾ ਕੋਈ ਧਿਆਨ ਨਹੀਂ ਆ, ਉਹਨਾਂ ਦੀ ਯੂਨੀਫਾਰਮ ਦਾ ਕੋਈ ਧਿਆਨ ਨਹੀਂ ਆ, ਉਹਨਾਂ ਦੀ ਐਜੂਕੇਸ਼ਨ ਦਾ ਕੋਈ ਧਿਆਨ ਨਹੀਂ ਆ, ਉਹਨਾਂ ਦੀ ਹੈਲਥ ਦਾ ਕੋਈ ਧਿਆਨ ਨਹੀਂ ਆ। ਅਤੇ ਕੋਈ ਫਾਇਦਾ ਨਹੀਂ ਆ ਕਿ ਇੱਕ ਜਗ੍ਹਾ 'ਤੇ ਅਸੀਂ ਇੰਨਾ ਕਰੋੜਾਂ ਅਰਬਾਂ ਰੁਪਇਆ ਖਰਚ ਦਈਏ ਅਤੇ ਜਿਹੜਾ ਬੇਸ ਸਾਡਾ ਬੱਚਿਆਂ ਦਾ ਜਿਹੜਾ ਬੇਸ ਆ ਜਿੱਥੇ ਬੱਚਿਆਂ ਦੇ ਪੈਰਾਂ 'ਤੇ ਸੱਟ ਲੱਗੀ ਆ, ਬੱਚੇ ਟੁੱਟੇ ਸ਼ੂਜ਼ ਜਿਹੜੇ ਸਕੂਲਾਂ ਵਿੱਚ ਪਾ ਕੇ ਆ ਰਹੇ ਨੇ, ਉਹਨਾਂ ਦੇ ਮਨ ਵਿੱਚ ਕੋਈ ਤਾਂ ਚਾਹ ਹੋਏਗੀ ਤਾਂ ਹੀ ਉਹ ਸਕੂਲ ਆ ਰਹੇ ਨੇ। ਉਹ ਬਿਨਾਂ ਚੱਪਲਾਂ ਤੋਂ ਵੀ ਤਿਆਰ ਨੇ ਸਕੂਲ ਆਉਣ ਲਈ, ਉਹਨਾਂ ਅੰਦਰ ਹੈਗਾ ਕਿ ਅਸੀਂ ਪੜ੍ਹ ਲਈਏ ਅਤੇ ਸ਼ਾਇਦ ਅਸੀਂ ਕੁਛ ਬਣ ਜਾਈਏ। ਸੋ ਸਭ ਤੋਂ ਵੱਡੇ ਸਾਡੇ ਜਿਹੜੇ ਦੁਨੀਆ 'ਚ ਸਾਡਾ ਦੇਸ਼ ਜਿਹੜਾ ਨਾਮ ਕਮਾ ਰਿਹਾ ਸਟੈਚੂ ਤੋਂ ਹੋਰ ਇੰਨੀਆਂ ਚੀਜ਼ਾਂ ਤੋਂ, ਸੋ ਉਸ ਦੇਸ਼ ਦੇ ਬੱਚਿਆਂ ਦਾ ਜਿਹੜਾ ਹਾਲ ਆ ਉਹ ਤੁਹਾਨੂੰ ਇਸ ਲਾਈਵ ਵੀਡੀਓ 'ਚ ਦਿਖਾਇਆ ਜਾਂਦਾ ਹੈ, ਹਰ ਵਾਰ ਦਿਖਾਇਆ ਜਾਂਦਾ ਹੈ, ਗਰਮੀਆਂ 'ਚ ਦਿਖਾਇਆ ਜਾਂਦਾ ਹੈ, ਸਰਦੀਆਂ 'ਚ ਦਿਖਾਇਆ ਜਾਂਦਾ ਹੈ। ਹੁਣ ਸਰਦੀਆਂ ਜਿਹੜੀਆਂ ਉਹ ਆ ਰਹੀਆਂ ਨੇ, ਫਿਰ ਵੀ ਬੱਚੇ ਜਿਹੜੇ ਆ ਉਹ ਸ਼ੂਜ਼ ਜਿਹੜੇ ਆ ਉਹ ਨਹੀਂ ਪਾ ਕੇ ਆਏ। ਸੋ ਇਸ ਸਕੂਲ ਦੇ ਵਿੱਚ ਤਕਰੀਬਨ ਮੇਰੇ ਕੋਲ ਮੇਰੇ ਸਾਹਮਣੇ ਬੈਠੇ ਨੇ 10-12 ਬੱਚੇ ਨੇ ਜਿਨ੍ਹਾਂ ਦੇ ਜਾਂ ਤਾਂ ਸ਼ੂਜ਼ ਬਹੁਤ ਬੁਰੀ ਤਰ੍ਹਾਂ ਟੁੱਟੇ ਨੇ ਜਾਂ ਉਹਨਾਂ ਨੂੰ ਕੋਈ ਨਾ ਕੋਈ ਚੋਟ ਜਿਹੜੀ ਆ ਲੱਗੀ ਹੋਈ ਆ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਡੋਨਰਸ ਦਾ, ਸਾਰੇ ਵੋਲੰਟੀਅਰਸ ਦਾ ਅਤੇ ਜਿੰਨੇ ਵੀ ਫੇਸਬੁੱਕ 'ਤੇ ਤੁਸੀਂ ਮੇਰਾ ਇੰਨਾ ਸਾਥ ਦਿੰਦੇ ਹੋ, ਹਰ ਇੱਕ ਦਾ, ਹਰ ਇੱਕ ਛੋਟੇ ਛੋਟੇ ਪਿੰਡ ਦੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਮੁਹਿੰਮ ਨੂੰ ਇੰਨਾ ਪਿਆਰ ਦਿੱਤਾ ਹੈ ਜਿਹਦੇ ਵਿੱਚ ਅਸੀਂ ਸੋਚਿਆ ਸੀ ਕਿ ਅਸੀਂ 10,000 ਸ਼ੂਜ਼ ਜਿਹੜੇ ਦੇਣੇ ਆ ਅਲੱਗ ਅਲੱਗ ਐਲੀਮੈਂਟਰੀ ਸਕੂਲਸ ਦੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਸ਼ੂਜ਼ ਜਾਂ ਤਾਂ ਟੁੱਟੇ ਨੇ ਜਾਂ ਉਹ ਚੱਪਲ ਪਾ ਕੇ ਆਉਂਦੇ ਨੇ, ਅਤੇ ਜਾਂ ਜਿਹੜੇ ਬੱਚੇ ਚੱਪਲ ਵੀ ਸਕੂਲ ਨਹੀਂ ਪਾ ਕੇ ਆਉਂਦੇ ਉਹਨਾਂ ਨੂੰ ਅਸੀਂ ਇਸ ਮੁਹਿੰਮ ਦੌਰਾਨ ਜਿਹੜੇ ਆ ਉਹ ਸ਼ੂਜ਼ ਜਿਹੜੇ ਦਿੱਤੇ ਨੇ। ਮੈਨੂੰ ਸਾਰਿਆਂ ਨਾਲ ਸਾਂਝੇ ਕਰਦੇ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਹੋ ਰਹੀ ਹੈ ਕਿ ਇਹ ਜਿਹੜਾ ਟੀਚਾ ਸੀ 10,000 ਦਾ ਮਿੱਥਿਆ ਸੀ ਇਹ ਹੁਣ ਪੂਰਾ ਹੋਣ ਵਾਲਾ ਹੈ। ਸੋ 15 ਦਸੰਬਰ ਨੂੰ ਮੈਂ ਆਪਣਾ ਲਾਸਟ ਆਪਣੀ ਟੀਮ ਨਾਲ ਮਿਲ ਕੇ ਆਪਣਾ ਅਖੀਰਲਾ ਕੈਂਪੇਨ ਇਸ ਮੁਹਿੰਮ ਦਾ ਜਿਹੜਾ ਮੈਂ ਕਰਾਂਗੀ, ਅਤੇ ਇਸ ਮੁਹਿੰਮ ਨੂੰ ਅਸੀਂ ਇਸ ਸਾਲ ਦੇ ਵਿੱਚ ਜਿਹੜਾ ਵਾ ਉਹ ਖਤਮ ਕਰਾਂਗੇ ਅਤੇ ਫਿਰ ਤੋਂ ਸੋਚਾਂਗੇ ਕਿ ਨਵਾਂ ਕੀ ਉਪਰਾਲਾ ਮਿੱਥੀਏ, ਨਵਾਂ ਅਸੀਂ ਕੀ ਕਰੀਏ। ਬਹੁਤ ਜ਼ਿਆਦਾ ਅਸੀਂ ਵਿਰੋਧ ਸਹਿਆ, ਬਹੁਤ ਜ਼ਿਆਦਾ ਸਾਨੂੰ ਅੜਚਣਾਂ ਆਈਆਂ ਨੇ, ਅਤੇ ਉਸ ਤੋਂ ਵੀ ਕਈ ਗੁਣਾ ਲੱਖਾਂ ਗੁਣਾ ਜ਼ਿਆਦਾ ਜਿਹੜਾ ਸਾਨੂੰ ਪਿਆਰ ਮਿਲਿਆ ਜਿਹਦੇ ਕਰਕੇ ਅਸੀਂ ਆਪਣੇ ਟੀਚੇ ਦੇ ਇੰਨੇ ਕਰੀਬ ਪਹੁੰਚ ਗਏ ਹਾਂ। ਮੈਂ ਦੱਸਣਾ ਚਾਹਾਂਗੀ ਕਿ ਇਸ ਮੁਹਿੰਮ 'ਚ ਬਹੁਤ ਹੀ ਜ਼ਿਆਦਾ ਔਰਗਨਾਈਜ਼ਡ ਵੇ ਨਾਲ ਇੱਕ ਤਰੀਕੇ ਨਾਲ ਕੰਮ ਕੀਤਾ ਗਿਆ ਹੈ, ਇੱਥੋਂ ਤੱਕ ਵੀ ਕੀਤਾ ਗਿਆ ਹੈ ਕਿ 10,000 ਜੇ ਬੱਚਿਆਂ ਨੂੰ ਸ਼ੂਜ਼ ਮਿਲ ਰਹੇ ਨੇ ਅਤੇ 10,000 ਹੀ ਬੱਚਿਆਂ ਦਾ ਜਿਹੜਾ ਰਿਕਾਰਡ ਆ ਉਹ ਮੇਨਟੇਨ ਕੀਤਾ ਗਿਆ ਹੈ ਕਿ ਕਿੱਥੇ ਸ਼ੂਜ਼ ਦਿੱਤੇ ਨੇ, ਕਿਹਨੂੰ ਦਿੱਤੇ ਨੇ। ਸੋ ਇਸ ਕਰਕੇ ਜਿੱਦਾਂ ਅਸੀਂ ਕਹਿੰਦੇ ਕਿ ਸਾਨੂੰ ਫੋਟੋ ਨਹੀਂ ਖਿੱਚਣੀ ਚਾਹੀਦੀ, ਸਾਨੂੰ ਇਹ ਨਹੀਂ ਕਰਨਾ ਚਾਹੀਦਾ, ਪਰ ਆਪਣੇ ਆਪ 'ਚ ਆਪਣੇ ਮਨ 'ਚ ਬੜੀ ਸੰਤੁਸ਼ਟੀ ਮੈਨੂੰ ਹੋਈ ਹੈ ਕਿ ਹਾਂ ਸਾਡੇ ਕੋਲ ਇੱਕ ਕੰਪਲੀਟ ਜਿਹੜਾ ਰਿਕਾਰਡ ਆ ਕਿ ਕਿੰਨੇ ਡੋਨਰ ਸੀ ਅਤੇ ਕਿੰਨੇ ਅਸੀਂ ਸ਼ੂਜ਼ ਜਿਹੜੇ ਆ ਉਹ ਅਸੀਂ ਵੰਡੇ ਨੇ, ਅਤੇ ਉਹ ਚੀਜ਼ ਸਾਨੂੰ ਕੌਨਫੀਡੈਂਸ ਦਿੰਦੀ ਹੈ ਕਿ ਅਸੀਂ ਅੱਗੇ ਵੀ ਜਿਹੜਾ ਵਾ ਆਪਣੇ ਕੰਮ ਆਪਣੇ ਕਾਰਜ ਜਿਹੜੇ ਉਹ ਜਾਰੀ ਰੱਖੀਏ, ਨਵੇਂ ਤਰੀਕੇ ਨਾਲ ਜਾਰੀ ਰੱਖੀਏ। ਸੋ ਇਸ ਕੈਂਪੇਨ ਦੇ ਵਿੱਚ ਇੱਕ ਹੋਰ ਬੜੀ ਅੱਛੀ ਗੱਲ ਆ ਕਿ ਇਸ ਕੈਂਪੇਨ 'ਚ 2 ਲੋਕਲ ਸੁਸਾਇਟੀਜ਼ ਜਿਹੜੀਆਂ ਵਾ ਉਹ ਇੱਥੇ ਪਹੁੰਚੀਆਂ ਨੇ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਿਕੋਜ਼ ਮੈਂ ਆਪਣੇ ਹਮੇਸ਼ਾ ਹੀ ਵੀਡੀਓਜ਼ 'ਚ ਰਿਕੁਐਸਟ ਕੀਤੀ ਆ ਕਿ ਪਲੀਜ਼ ਤੁਸੀਂ ਸਾਡੇ ਕੈਂਪੇਨ 'ਚ ਆਓ ਅਤੇ ਵੋਲੰਟੀਅਰ ਬਣੋ, ਸਾਡੇ ਨਾਲ ਹੈਲਪ ਕਰੋ, ਬੱਚੇ ਨੂੰ ਸ਼ੂਜ਼ ਪਵਾਉਣ 'ਚ ਸਾਡੀ ਹੈਲਪ ਕਰੋ, ਉਸ ਫੀਲਿੰਗ ਨੂੰ ਤੁਸੀਂ ਮਹਿਸੂਸ ਕਰੋ ਜਿਹੜੀ ਕਿ ਸਾਡੇ ਮੁਹਿੰਮ ਨੂੰ ਇੰਨਾ ਕਾਮਯਾਬ ਕਰ ਰਹੀ ਆ ਕਿ ਉਹ ਸ਼ੂ ਪਾ ਕੇ ਬੱਚੇ ਨੂੰ ਇੰਨੇ ਕਲੋਜ਼ਲੀ ਦੇਖ ਕੇ
ਕਿੱਦਾਂ ਦਾ ਸਾਨੂੰ ਫੀਲ ਹੁੰਦਾ ਹੈ ਤੇ ਕਿੱਦਾਂ ਇਹ ਚੀਜ਼ ਸਾਨੂੰ ਅੱਗੇ ਅੱਗੇ ਜਿਹੜੀ ਆ ਉਹ ਲੈਂਦੀ ਅੱਗੇ ਅੱਗੇ ਸਾਨੂੰ ਪੂਰਾ ਸਾਨੂੰ ਹੈਲਪ ਕਰਦੀ ਆ ਕਿ ਅਸੀਂ ਜਿਹੜਾ ਬਿਲਕੁਲ ਵੀ ਉਹ ਨਾ ਅਸੀਂ ਰੁਕੀਏ ਜਿੰਨੇ ਸਾਡੇ ਵਿੱਚ ਪੂਰੇ ਜੋਸ਼ ਭਰਿਆ ਹੈ। ਸੋ ਇਸ ਪਿੰਡ ਦੇ ਸੁਖਮਨੀ ਸਾਹਿਬ ਸੁਸਾਇਟੀ ਆ ਨੌਰੰਗਾਬਾਦ ਪਿੰਡ ਦੀ, ਮੈਂ ਬਹੁਤ ਉਹਨਾਂ ਦੀ ਧੰਨਵਾਦੀ ਹਾਂ ਕਿ ਸਾਡੇ ਇੱਥੇ ਆਉਣ ਅਤੇ ਉਹ ਖੁਦ ਵੀ ਇੱਥੇ ਮੌਜੂਦ ਨੇ। ਅਤੇ ਬਾਬਾ ਬੀਰ ਸਿੰਘ ਨੌਜਵਾਨ ਸੇਵਾ ਸੁਸਾਇਟੀ ਜੋ ਕਿ ਮੱਲ ਮੋਹਰੀ ਪਿੰਡ ਤੋਂ ਇੱਥੇ ਲਾਗੇ ਪਿੰਡ ਆ, ਉੱਥੋਂ ਵੀ ਵੋਲੰਟੀਅਰਸ ਆਏ ਨੇ। ਇਹ ਨਹੀਂ ਕਿ ਇੱਕ ਦੋ ਵੋਲੰਟੀਅਰਸ ਆਏ ਨੇ, ਪੂਰੇ ਵੋਲੰਟੀਅਰਸ ਆਏ ਨੇ, ਪੂਰੇ ਕੈਂਪੇਨ 'ਚ ਸਾਡੀ ਹੈਲਪ ਕਰਨ ਆਏ ਨੇ। ਸੋ ਬਹੁਤ ਹੀ ਅੱਛੀ ਗੱਲ ਆ ਕਿ ਸੇਵਾ ਵੇਲੇ ਏਕਾ, ਮੈਂ ਇਹ ਆਪਣੇ 2 ਸਾਲ ਦੇ ਐਕਸਪੀਰੀਅੰਸ ਤੋਂ ਇਹ ਚੀਜ਼ ਮੈਂ ਸਿੱਖੀ ਆ ਅਤੇ ਇਸ ਚੀਜ਼ ਨੂੰ ਮੈਂ ਪ੍ਰਮੋਟ ਕਰਨਾ ਚਾਹੁੰਦੀ, ਇਸ ਚੀਜ਼ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹਾਂ ਕਿ ਸੇਵਾ ਵੇਲੇ ਏਕਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਸੇਵਾ ਵੇਲੇ NGOs ਦਾ ਏਕਾ ਬਹੁਤ ਜ਼ਰੂਰੀ ਆ, ਸੇਵਾ ਵੇਲੇ ਹਰ ਰਿਲੀਜੀਅਸ ਕਮਿਊਨਿਟੀ ਨਾਲ ਸਾਡਾ ਏਕਾ ਜ਼ਰੂਰੀ ਆ, ਸੇਵਾ ਵੇਲੇ ਹਰ ਪੋਲੀਟੀਕਲ ਪਾਰਟੀ ਨਾਲ ਸਾਡਾ ਏਕਾ ਜ਼ਰੂਰੀ ਆ, ਸੇਵਾ ਵੇਲੇ ਹਰ ਜੈਂਡਰ ਨਾਲ ਸਾਡਾ ਏਕਾ ਜਿਹੜਾ ਜ਼ਰੂਰੀ ਆ, ਹਰ ਇੱਕ ਹਰ ਵਰਗ ਦੇ ਲੋਕਾਂ ਨਾਲ ਸਾਡਾ ਜਿਹੜਾ ਏਕਾ ਉਹ ਜ਼ਰੂਰੀ ਆ, ਤਾਂ ਹੀ ਇਸ ਕੰਮ ਕਰਨ ਦਾ ਕੋਈ ਫਾਇਦਾ ਹੈ। ਜੇ ਅੰਦਰ ਅਸੀਂ ਕੰਪੀਟੀਸ਼ਨ ਹੀ ਕਰੀ ਜਾਵਾਂਗੇ, ਆਪਣੇ ਮਨ ਦੇ ਅੰਦਰ ਅਸੀਂ ਕੰਪੀਟੀਸ਼ਨ ਕਰਾਂਗੇ ਕਿ ਨਹੀਂ ਇੱਥੇ ਨਹੀਂ ਜਾਣਾ, ਇੱਥੇ ਜਾਣਾ ਹੈ, ਜਾਂ ਅਸੀਂ ਸੋਚਾਂਗੇ ਕਿ ਨਹੀਂ ਆਹ ਬੰਦਾ ਨਹੀਂ ਵਧੀਆ, ਇੱਥੇ ਨਹੀਂ ਮੈਂ ਜਾਣਾ, ਅਤੇ ਅਸੀਂ ਸੇਵਾ ਦੇ ਵਿੱਚ ਇੱਕ ਰੁਕਾਵਟ ਬਣ ਜਾਂਗੇ ਆਪਣੀ ਸੋਚ ਨਾਲ। ਸੋ ਇਸ ਚੀਜ਼ ਨੂੰ ਬਹੁਤ ਬਦਲਣ ਦੀ ਲੋੜ ਆ, ਬਹੁਤ ਜ਼ਿਆਦਾ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਕਿ ਜਦੋਂ ਕਿਸੇ ਦਾ 1 ਰੁਪਏ ਦਾ ਵੀ ਫਾਇਦਾ ਹੋ ਰਿਹਾ ਤਾਂ ਸਾਨੂੰ ਉਸੇ ਵੇਲੇ ਉੱਠ ਕੇ ਅੱਗੇ ਜਾਣਾ ਚਾਹੀਦਾ ਕਿ ਨਹੀਂ ਅਸੀਂ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ ਹੀ ਆ। ਅਸੀਂ ਇਹ ਨਹੀਂ ਵੇਖਣਾ ਕਿ ਸੇਵਾ ਕੌਣ ਕਰ ਰਿਹਾ ਹੈ, ਕੌਣ ਕਰਵਾ ਰਿਹਾ ਹੈ, ਅਸੀਂ ਸਿਰਫ ਇਹ ਦੇਖਣਾ ਕਿ ਲੋੜਵੰਦ ਦੀ ਮਦਦ ਜਿਹੜੀ ਆ ਉਹ ਹੋ ਰਹੀ ਆ ਕਿ ਨਹੀਂ ਹੋ ਰਹੀ। ਸੋ ਬਹੁਤ ਜ਼ਿਆਦਾ ਵੱਖ ਵੱਖ ਸੰਸਥਾਵਾਂ ਦਾ ਜਦੋਂ ਸਹਿਯੋਗ ਮਿਲਦਾ ਹੈ, ਅਸੀਂ ਜਦੋਂ ਇਕੱਠੇ ਮਿਲ ਕੇ ਅਸੀਂ ਕੰਮ ਕਰਦੇ ਹਾਂ ਤਾਂ ਇਹ ਚੀਜ਼ ਜਿਹੜੀ ਆ ਹੋਰ ਵੀ ਸੋਨੇ ਤੇ ਸੁਹਾਗਾ ਬਣ ਜਾਂਦੀ, ਹੋਰ ਅੱਛਾ ਸਾਨੂੰ ਫੀਲ ਹੁੰਦਾ ਕਿ ਕਿੱਥੇ ਅਸੀਂ 2-3 ਜਾਣੇ ਇੱਕ ਸਕੂਲ ਦੇ ਵਿੱਚ ਕੈਂਪੇਨ ਕਰਨ ਆਉਂਦੇ ਹਾਂ ਅਤੇ ਕਿੱਥੇ ਅਸੀਂ 2-20 ਹੋ ਜਾਂਦੇ ਹਾਂ, ਅਤੇ ਉਹ ਬਹੁਤ ਅੱਛਾ ਸਾਨੂੰ ਇੱਕ ਫੀਲਿੰਗ ਆਉਂਦੀ, ਬਹੁਤ ਅੱਛਾ ਸਾਨੂੰ ਲੱਗਦਾ ਕਿ ਹਾਂ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਜਾਂ ਲੋਕ ਸਾਡੇ ਨਾਲ ਜੁੜ ਰਹੇ ਨੇ, ਇਹਦਾ ਮਤਲਬ ਕਿ ਅਸੀਂ ਅੱਛਾ ਕੰਮ ਹੀ ਜਿਹੜਾ ਕਰ ਰਹੇ ਹਾਂ। ਸੋ ਇੱਕ ਵਾਰ ਫਿਰ ਦੱਸਣਾ ਚਾਹੁੰਦੀ ਕਿ 10,000 ਸ਼ੂਜ਼ ਦਾ ਅਸੀਂ ਟਾਰਗੇਟ ਲਿਆ ਸੀ, ਇਸ ਮੁਹਿੰਮ ਨੂੰ ਚਲਾਉਂਦੇ 2 ਸਾਲ ਸਾਨੂੰ ਹੋ ਗਏ ਨੇ ਅਤੇ ਇਹ ਮੁਹਿੰਮ ਜਿਹੜੀ ਆ ਉਹ 15 ਦਸੰਬਰ ਨੂੰ ਸਾਡਾ ਲਾਸਟ ਕੈਂਪੇਨ ਹੋਏਗਾ 10,000 ਸ਼ੂਜ਼ ਦਾ, ਅਤੇ ਸਾਡਾ ਜਿਹੜਾ ਅਖੀਰਲਾ ਇਸ ਕੈਂਪੇਨ 15 ਦਸੰਬਰ ਨੂੰ ਅਸੀਂ ਇੱਕ ਸਕੂਲ ਅਸੀਂ ਫਾਈਨਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਕਿ ਟੋਟਲ 750 ਬੱਚੇ ਨੇ। ਸਾਡੀ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਵੋਲੰਟੀਅਰਸ ਆ ਜਾਂ ਸਾਡੇ ਵਿਊਅਰਸ ਆ ਜਾਂ ਸਾਡੇ ਡੋਨਰਸ ਆ ਉਸ ਕੈਂਪੇਨ 'ਚ ਸਾਡਾ ਸਹਿਯੋਗ ਦੇਣ, ਉਸ ਕੈਂਪੇਨ 'ਚ ਆਉਣ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਸਭ ਤੋਂ ਜ਼ਿਆਦਾ ਲੋੜਵੰਦ ਸਕੂਲ ਦੇ ਵਿੱਚ ਅਖੀਰਲਾ ਕੈਂਪੇਨ ਜਿਹੜਾ ਉਹ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਬੱਚਿਆਂ ਨੂੰ ਜਿਹੜੀ ਆ ਉਹ ਮਦਦ ਕੀਤੀ ਜਾਵੇ। ਬਾਰਡਰ ਏਰੀਆ ਦਾ ਅਸੀਂ ਸਕੂਲ ਜਿਹੜਾ ਚੂਜ਼ ਕਰਨ ਜਾ ਰਹੇ ਹਾਂ ਜਿਹਦਾ ਕਿ ਬਹੁਤ ਜਲਦ ਸਰਵੇ ਕੀਤਾ ਜਾਏਗਾ, ਅਤੇ ਇਹੋ ਜਿਹੇ ਸਕੂਲ ਪੰਜਾਬ 'ਚ ਦੇਖੋ ਹੈਗੇ ਆ ਜਿੱਥੇ 600-700 ਬੱਚਾ ਇੱਕ ਸਕੂਲ 'ਚ ਪੜ੍ਹ ਰਿਹਾ, ਬਹਿਣ ਨੂੰ ਥਾਂ ਨਹੀਂ ਹੈਗੀ ਅਤੇ ਪੜ੍ਹਨ ਦਾ ਬਹੁਤ ਜਿਹੜਾ ਟਫ ਆ, ਉੱਥੇ ਟੀਚਰਸ ਨਹੀਂ ਇੰਨੇ ਹੈਗੇ ਬਾਰਡਰ ਏਰੀਆਜ਼ ਦੇ ਵਿੱਚ, ਅਤੇ ਬੱਚਿਆਂ ਦੇ ਬਹੁਤ ਜ਼ਿਆਦਾ ਬੁਰੇ ਹਾਲ ਨੇ ਜਿਹੜੇ ਕਿ ਬਾਰਡਰ ਸਕੂਲ ਨੇ। ਸੋ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਆ ਕਿ ਅਸੀਂ ਬਹੁਤ ਜਲਦ ਆਪਣਾ ਜਿਹੜਾ ਇਹ ਟਾਰਗੇਟ ਪੂਰਾ ਕਰ ਲਾਂਗੇ ਸਾਰਿਆਂ ਦੇ ਸਹਿਯੋਗ ਨਾਲ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਮੈਂ ਹੁਣ ਅਸੀਂ ਗੱਲ ਕਰਾਂਗੇ ਕਿਰਪਾਲ ਸਿੰਘ ਜੀ ਨਾਲ ਜੋ ਕਿ ਸੁਖਮਨੀ ਸਾਹਿਬ ਸੁਸਾਇਟੀ ਇੱਥੇ ਰਨ ਕਰਦੇ ਨੇ ਨੌਰੰਗਾਬਾਦ ਦੇ ਵਿੱਚ ਆਪਣੀ ਟੀਮ ਦੇ ਨਾਲ, 4-5 ਉਹਨਾਂ ਦੇ ਮੈਂਬਰਸ ਦੇ ਨਾਲ, ਅਤੇ ਫਿਰ ਅਸੀਂ ਗੱਲ ਕਰਾਂਗੇ ਰਣਜੀਤ ਸਿੰਘ ਜੀ ਨਾਲ। ਇਹਨਾਂ ਨਾਲ ਅਸੀਂ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਮੈਨੂੰ ਪਤਾ ਹੈ ਬਹੁਤ ਸਾਰੇ ਨੌਜਵਾਨ, ਬਹੁਤ ਸਾਰੀਆਂ ਮੇਰੀਆਂ ਭੈਣਾਂ ਸਾਨੂੰ ਲਾਈਵ ਵੀਡੀਓ 'ਚ ਦੇਖਦੀਆਂ ਨੇ, ਅਤੇ ਉਹਨਾਂ ਨੂੰ ਇਹਨਾਂ ਵੱਲ ਵੇਖ ਕੇ ਹੋਰ ਉਤਸ਼ਾਹ ਮਿਲੇਗਾ ਕਿ ਕਿਵੇਂ ਛੋਟੇ ਛੋਟੇ ਪਿੰਡਾਂ ਵਿੱਚ ਵੀ ਲੋਕ ਆਪਣੀ ਇੱਕ ਸੁਸਾਇਟੀ ਬਣਾ ਕੇ, ਆਪਣਾ ਇੱਕ ਗਰੁੱਪ ਬਣਾ ਕੇ, ਆਪਣਾ ਇੱਕ ਕਲੱਬ ਬਣਾ ਕੇ ਆਪਣੇ ਪਿੰਡ ਦੀ ਸੇਵਾ ਜਿਹੜੀ ਉਹ ਕਰ ਰਹੇ ਨੇ। ਸੋ ਜ਼ਰੂਰੀ ਨਹੀਂ ਕਿ ਅਸੀਂ ਪੈਸੇ ਲੈ ਕੇ ਜਾਂ ਆਪਣਾ ਸਕਿੱਲ ਲੈ ਕੇ ਅਸੀਂ ਦੂਜੀ ਜਗ੍ਹਾ 'ਤੇ ਜਾ ਕੇ ਸੇਵਾ ਕਰਨੀ ਆ, ਅਸੀਂ ਜਿਹੜੇ ਪੈਸੇ ਕਿਤੇ ਚੜਾਉਣੇ ਨੇ ਜਾਂ ਜਿਹੜੇ ਪੈਸੇ ਕਿਸੇ ਹੋਰ ਨੂੰ ਦੇਣੇ ਨੇ ਉਹ ਅਸੀਂ ਆਪਣੇ ਪਿੰਡਾਂ ਥਾਵਾਂ 'ਤੇ ਹੀ ਲਗਾ ਸਕਦੇ ਹਾਂ, ਅਤੇ ਇਹ ਨੌਜਵਾਨ ਜਿਹੜੇ ਆ ਬੜੇ ਬਾਖੂਬੀ ਉਹ ਕੰਮ ਕਰ ਰਹੇ ਨੇ। ਸੋ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਕਿਰਪਾਲ ਸਿੰਘ ਜੀ ਨਾਲ। ਓਕੇ ਜੀ, ਹਾਂਜੀ, ਸਤਿ ਸ਼੍ਰੀ ਅਕਾਲ।
ਤੇ ਤੁਸੀਂ ਦੱਸੋ ਆਪਣੀ ਸੁਸਾਇਟੀ ਦਾ ਨਾਮ ਦੱਸੋ ਤੇ ਤੁਸੀਂ ਕੀ ਕੀ ਸੇਵਾਵਾਂ ਇੱਥੇ ਕਰਦੇ ਰਹਿੰਦੇ ਹੋ ਤੇ ਤੁਸੀਂ ਕਿੱਦਾਂ ਫੰਡਸ ਨੂੰ ਕਿੱਦਾਂ ਅਰੇਂਜ ਕਰਦੇ ਹੋ ਜਾਂ ਕਿਹੜੇ ਕਿਹੜੇ ਛੋਟੇ ਛੋਟੇ ਉਪਰਾਲੇ ਤੁਸੀਂ ਕਰਦੇ ਆਪਣੇ ਪਿੰਡ 'ਚ? ਠੀਕ ਹੈ, ਸਭ ਤੋਂ ਪਹਿਲਾਂ ਤਾਂ ਸਾਰੇ ਵੀਰਾਂ ਅਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਤੋਂ 15 ਸਾਲ ਪਹਿਲਾਂ ਪਿੰਡ ਨਰੰਗਾਬਾਦ ਵਿੱਚ ਸੁਖਣੀ ਸਾਹਿਬ ਸੇਵਾ ਸੁਸਾਇਟੀ ਦੇ ਨਾਮ 'ਤੇ ਇੱਕ ਸੰਸਥਾ ਬਣਾਈ ਸੀ, ਜਿਹੜੇ ਕਿ ਅਸੀਂ ਧਾਰਮਿਕ ਕਾਰਜਾਂ ਤੋਂ ਅਸੀਂ ਆਰੰਭ ਕੀਤੀ ਸੀ। ਉਸ ਦੇ ਨਾਲ ਨਾਲ ਅਸੀਂ ਫਿਰ ਦੇਖਿਆ ਕਿ ਸਮਾਜਿਕ ਕਾਰਜ ਕਰਨੇ ਵੀ ਬਹੁਤ ਜ਼ਰੂਰੀ ਨੇ, ਤਾਂ ਅਸੀਂ ਇਸ ਦੇ ਨਾਲ ਨਾਲ ਹੁਣ ਅਸੀਂ NRI ਭਰਾਵਾਂ ਦੀ ਮਦਦ ਨਾਲ, ਖਾਸਕਰ ਸਰਦਾਰ ਲਖਵਿੰਦਰ ਸਿੰਘ ਜੀ ਹੋਣਾਂ ਦੀ ਮਦਦ ਨਾਲ ਸਕੂਲ ਦੇ ਬੱਚਿਆਂ ਨੂੰ ਆਣ ਕੇ ਦੇਖਿਆ। ਖਾਸ ਕਰਕੇ ਮੈਂ ਟੀਚਰ ਹੋਣ ਨਾਤੇ ਇਹਨਾਂ ਨੂੰ ਮਹਿਸੂਸ ਕੀਤਾ ਕਿ ਇਹਨਾਂ ਨੇ ਕਾਫੀ ਇਹਨਾਂ ਨੂੰ ਜ਼ਰੂਰਤ ਹੈ ਕਿ ਠੰਡ ਦਾ ਮੌਸਮ ਆ ਰਿਹਾ ਕਿ ਇਹਨਾਂ ਨੂੰ ਸ਼ੂਜ਼ ਜ਼ਰੂਰੀ ਨੇ, ਬੂਟ ਜ਼ਰੂਰੀ ਨੇ। ਤਾਂ ਅਸੀਂ ਸਾਰੇ, ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ NRI ਭਰਾਵਾਂ ਦੀ ਮਦਦ ਨਾਲ, ਖਾਸ ਕਰ ਮੈਡਮ ਮਨਦੀਪ ਕੌਰ ਜੀ ਦੀ ਮਦਦ ਨਾਲ ਇਹਨਾਂ ਨੂੰ ਅੱਜ ਸ਼ੂਜ਼ ਪ੍ਰੋਵਾਈਡ ਕਰਵਾਏ ਨੇ। ਤਾਂ ਇਸ ਤੋਂ ਅੱਗੇ ਵੀ ਪਰਮਾਤਮਾ ਮਿਹਰ ਕਰਨ ਅਤੇ ਜਿੰਨੇ ਵੀ ਸਾਡੇ ਭਰਾ ਕਰਨਗੇ ਸਾਡੇ ਨਾਲ ਮਦਦ, ਅਸੀਂ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਾਂਗੇ। ਅਤੇ ਪਿੰਡ 'ਚ ਤੁਸੀਂ ਕੀ ਉਪਰਾਲੇ ਕੀਤੇ ਨੇ? ਪਿੰਡ 'ਚ ਸਭ ਤੋਂ ਪਹਿਲਾਂ ਅਸੀਂ ਧਾਰਮਿਕ ਕਾਰਜ ਲੈ ਕੇ ਚੱਲੇ ਸੀ, ਤਾਂ ਉਸ ਤੋਂ ਬਾਅਦ ਜੇ ਲੋੜਵੰਦ ਕੋਈ ਲੜਕੀਆਂ ਨੇ ਉਹਨਾਂ ਦੀ ਮੈਰਿਜ 'ਤੇ ਅਸੀਂ ਸ਼ੁਰੂ ਕੀਤਾ ਕਿ ਇਹਨਾਂ ਨੂੰ ਜਿਹੜੀ ਜਿਹੜੀਆਂ ਵਸਤੂਆਂ ਦੀ ਜ਼ਰੂਰਤ ਹੈ ਉਹਨਾਂ ਦੇ ਪੇਰੈਂਟਸ ਨੂੰ, ਤਾਂ ਅਸੀਂ ਕਦੇ ਵੀ ਕੋਈ ਉਗਰਾਹੀ ਨਹੀਂ ਕੀਤੀ, ਆਪਸ ਵਿੱਚ ਫੰਡ ਥੋੜ੍ਹਾ ਥੋੜ੍ਹਾ ਜਮ੍ਹਾਂ ਕਰਕੇ ਅਤੇ ਇਹਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ। ਠੀਕ ਹੈ, ਸ਼ੁਕਰੀਆ ਸ਼ੁਕਰੀਆ। ਅਤੇ ਸਾਡੇ ਨਾਲ ਇੱਕ ਹੋਰ ਨੌਜਵਾਨ ਜੁੜੇ ਨੇ, ਆਪਣਾ ਨਾਮ ਦੱਸੋ, ਆਪਣੀ ਸੁਸਾਇਟੀ ਦਾ ਨਾਮ ਦੱਸੋ ਅਤੇ ਆਪਣਾ ਪਿੰਡ ਦਾ ਨਾਮ ਦੱਸੋ, ਆਪਣੇ ਕਾਰਜ ਦੱਸੋ। ਸਭ ਤੋਂ ਪਹਿਲਾਂ ਸਾਰੇ ਵਿਊਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਬਾ ਵੀਰ ਸਿੰਘ ਜੀ ਨੌਜਵਾਨ ਸੇਵਾ ਸੁਸਾਇਟੀ ਪਿੰਡ ਮੱਲ ਮੋਰੀ ਵੱਲੋਂ ਐਜ਼ ਏ ਵਲੰਟੀਅਰ ਮੈਡਮ ਜੀ ਨਾਲ ਇੱਥੇ ਸਹਿਯੋਗ ਕਰਨ ਆਏ ਹਾਂ। ਸਾਡੇ ਵਲੰਟੀਅਰਸ ਸਾਰੇ ਇੱਥੇ ਹਾਜ਼ਰ ਨੇ ਅਤੇ ਸਾਡੀ ਸੁਸਾਇਟੀ ਕੁਝ 1 ਸਾਲ ਪਹਿਲਾਂ ਹੀ ਹੋਂਦ ਦੇ ਵਿੱਚ ਆਈ ਹੈ ਅਤੇ ਉਹਦੇ ਵਿੱਚ ਬਹੁਤਾ ਸਹਿਯੋਗ ਪਿੰਡ ਦੇ NRI ਵੀਰ ਅਤੇ ਜਿਹੜੇ ਪਿੰਡ 'ਚੋਂ ਹੀ ਲੜਕੇ ਸਰਵਿਸ ਕਰਦੇ ਨੇ ਜਾਂ ਉਹ ਸਾਨੂੰ ਡੋਨੇਸ਼ਨ ਦਿੰਦੇ ਨੇ, ਅਸੀਂ ਉਹਦੇ ਨਾਲ ਹੀ ਸੁਸਾਇਟੀ ਚਲਾ ਰਹੇ ਹਾਂ। ਅਤੇ ਉਹਦੇ ਵਿੱਚ ਉਹਦਾ ਮੇਨ ਏਮ ਕੀ ਆ ਕਿ ਜੋ ਗਰਾਊਂਡ ਲੈਵਲ 'ਤੇ ਸਭ ਤੋਂ ਜ਼ਿਆਦਾ ਨੀਡੀ ਲੋਕ ਨੇ ਉਹਨਾਂ ਦੀ ਹੈਲਪ ਕਰਨਾ। ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕੀਤੀ ਸਕੂਲ ਤੋਂ, ਉਹਦੇ ਵਿੱਚ ਪਾਣੀ ਖੜ੍ਹ ਜਾਂਦਾ ਸੀ, ਸਟੈਗਨੇਸ਼ਨ ਦੀ ਪ੍ਰੋਬਲਮ ਸੀ, ਉਹਨੂੰ ਅਸੀਂ ਦੂਰ ਕਰਨ ਲਈ ਭਰਤੀ ਪਵਾ ਕੇ ਅਤੇ ਪਾਣੀ ਦਾ ਸਾਰਾ ਨਿਕਾਸ ਪ੍ਰੋਪਰਲੀ ਕੀਤਾ ਹੈ। ਉੱਥੇ ਸੈਨੀਟੇਸ਼ਨ ਦੀ ਪ੍ਰੋਬਲਮ ਸੀ, ਬਾਥਰੂਮ ਰਿਪੇਅਰ ਕਰਾਏ, ਫਿਰ ਪਿੰਡ ਦੇ ਚੁਗਿਰਦੇ ਨੂੰ ਸਾਫ਼ ਰੱਖਣ ਲਈ, ਘਾਹ ਨੂੰ ਖਤਮ ਕਰਨ ਲਈ ਸਪਰੇਅ ਕੀਤੀ ਗਈ, ਗੁਰਦੁਆਰੇ ਨੂੰ ਜਾਂਦੇ ਰਸਤੇ ਸਾਫ਼ ਕੀਤੇ। ਅਤੇ ਇਸ ਤਰ੍ਹਾਂ ਸਾਡੇ ਵਲੰਟੀਅਰਸ ਸਾਰੇ ਜੋ ਵੀ ਸਾਨੂੰ ਫੰਡ ਮਿਲਦੇ ਨੇ ਉਹਦਾ ਪ੍ਰੋਪਰ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਸੇਵਾ ਕਰਨ ਦੇ ਪੂਰੇ ਯਤਨ ਕਰ ਰਹੇ ਹਾਂ ਅਤੇ ਤੁਹਾਡੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਨਾਲ ਆਏ ਅਤੇ ਸਾਡੇ ਪਿੰਡ ਵਿੱਚ ਇਹ ਸੇਵਾ ਕੀਤੀ। ਅਸੀਂ ਬਹੁਤ ਤੁਹਾਡੇ ਦਿਲੋਂ ਧੰਨਵਾਦੀ ਹਾਂ। ਸੋ ਬਹੁਤ ਹੀ ਅੱਛਾ ਲੱਗਾ ਇਹਨਾਂ ਨੂੰ ਮਿਲ ਕੇ ਅਤੇ ਹਰ ਪਿੰਡ 'ਚ ਮੈਨੂੰ ਪਤਾ ਹੈ ਕਿ ਕੋਈ ਨਾ ਕੋਈ ਉਪਰਾਲੇ ਜਿਹੜੇ ਹੋ ਰਹੇ ਨੇ ਅਤੇ ਜੇ ਅਸੀਂ ਤੁਹਾਡੇ ਏਰੀਆ ਦੇ ਲਾਗੇ ਕਿਤੇ ਆਉਂਦੇ ਹਾਂ ਤਾਂ ਜ਼ਰੂਰ ਤੁਸੀਂ ਮੈਨੂੰ ਮਿਲੋ, ਸਾਨੂੰ ਵਿਜ਼ਿਟ ਕਰੋ ਤਾਂ ਕਿ ਮੇਰੇ ਨਾਲ ਜੁੜੇ ਹੋਏ ਜਿਹੜੇ ਸਾਰੇ ਵਿਊਅਰਸ ਆ ਉਹਨਾਂ ਨੂੰ ਵੱਖ ਵੱਖ ਪਿੰਡਾਂ ਦਾ ਪਤਾ ਲੱਗੇ, ਉੱਥੇ ਨੌਜਵਾਨ ਕੀ ਆਪਣੇ ਪਿੰਡ 'ਚ ਕਰ ਰਹੇ ਨੇ ਤਾਂ ਕਿ ਦੂਜੇ ਪਿੰਡ ਉਹਨਾਂ ਤੋਂ ਸੇਧ ਲੈ ਸਕਣ, ਇਹਨਾਂ ਨੂੰ ਦੇਖ ਕੇ ਇੱਦਾਂ ਲੱਗਦਾ ਕਿ ਹਾਂ ਅਸੀਂ ਵੀ ਆਪਣੇ ਪਿੰਡ ਕੁਝ ਕਰ ਸਕਦੇ ਹਾਂ। ਸੋ ਮੈਨੂੰ ਪਤਾ ਹੈ ਕਿ ਤੁਹਾਨੂੰ ਇੱਦਾਂ ਫੀਲ ਹੁੰਦਾ ਕਿ ਹਾਂ ਅਸੀਂ ਕਰ ਸਕਦੇ ਹਾਂ ਅਤੇ ਤੁਸੀਂ ਵੀ ਜ਼ਰੂਰ ਛੋਟੇ ਛੋਟੇ ਉਪਰਾਲੇ ਜਿਹੜੇ ਆ ਸ਼ੁਰੂ ਕਰੋ। ਸੋ ਇਸ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਲਖਵਿੰਦਰ ਸਿੰਘ ਜੀ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਸਕੂਲ ਨੂੰ ਸਪੌਂਸਰ ਕੀਤਾ ਹੈ ਅਤੇ ਇਸ ਸਕੂਲ ਇੱਕ ਬਹੁਤ ਜ਼ਿਆਦਾ ਨੀਡੀ ਸਕੂਲ ਆ ਅਤੇ ਇਹਨੂੰ ਦੇਖ ਕੇ ਜਿਹੜੇ ਵੀ ਇੱਥੇ ਵਾਲੰਟੀਅਰ ਅੱਜ ਆਏ ਨੇ ਜਾਂ ਸਾਰਿਆਂ ਨੂੰ ਦੇਖ ਕੇ ਪਤਾ ਲੱਗ ਜਾਏਗਾ ਕਿ ਇਹ ਸਕੂਲ ਜਿਹੜਾ ਕਿ ਵਨ ਆਫ ਦਾ ਮੋਸਟ ਨੀਡੀਐਸਟ ਸਕੂਲ ਆ ਜਿੱਥੇ ਕਿ ਵਾਕਈ ਬੱਚਿਆਂ ਨੂੰ ਸ਼ੂਜ਼ ਦੀ ਬਹੁਤ ਲੋੜ ਆ। ਹੁਣ ਸਰਦੀਆਂ ਸ਼ੁਰੂ ਹੋ ਗਈਆਂ ਅਤੇ ਮੈਕਸੀਮਮ ਬੱਚਿਆਂ ਨੇ ਜਿਹੜੇ ਸ਼ੂਜ਼ ਜਿਹੜੇ ਉਹ ਨਹੀਂ ਪਾਏ ਅਤੇ ਮੈਂ ਤੁਹਾਨੂੰ ਬੱਚਿਆਂ ਦੇ ਸ਼ੂਜ਼ ਦੀ ਜਿਹੜੀ ਹਾਲਤ ਆ ਉਹ ਦਿਖਾਉਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਕਿੱਦਾਂ ਚੋਟ ਲੱਗੀ ਹੋਈ ਆ ਅਤੇ ਉਹ ਕਿਸ ਤਰ੍ਹਾਂ ਦਾ ਸਲਿੱਪਰ ਜਿਹੜਾ ਵਾ ਉਹ ਸਕੂਲ ਪਾ ਕੇ ਆਪਣਾ ਗੁਜ਼ਾਰਾ ਜਿਹੜਾ ਉਹ ਕਰ ਰਹੇ ਨੇ ਅਤੇ ਸਾਨੂੰ ਉਹਨਾਂ ਬੱਚਿਆਂ ਨੂੰ ਇੱਕ ਇੱਕ ਬੂਟ ਦੇਣਾ ਵੀ ਜਿਹੜਾ ਇੰਨਾ ਔਖਾ ਲੱਗ ਰਿਹਾ। ਉੱਥੇ 10,000 ਕੋਈ ਵੱਡਾ ਟਾਰਗੇਟ ਨਹੀਂ ਸੀ, 7.5 ਲੱਖ ਜਿਹੜੇ ਫੋਲੋਅਰਸ ਵੇਖੋ ਸਾਡੇ ਫੇਸਬੁੱਕ 'ਤੇ ਜੁੜੇ ਹੋਏ ਨੇ, ਕੀ 10,000 ਦਾ ਅਕਾਊਂਟ ਸਾਡੇ ਲਈ ਕੋਈ ਵੱਡਾ ਅਕਾਊਂਟ ਸੀ? 10,000 ਤਾਂ ਸਾਡੇ ਮਹੀਨੇ 'ਚ ਹੋ ਜਾਣੇ ਚਾਹੀਦੇ ਸੀ। ਜਿੰਨੇ ਜਾਣੇ ਮੈਨੂੰ ਇੱਥੇ ਕਮੈਂਟ ਕਰਦੇ ਨੇ, ਜੇ ਤੁਸੀਂ ਮੈਨੂੰ ਇੱਕ
ਸ਼ੂ ਭੇਜ ਦਿੰਦੇ ਆ, ਦੋ ਜਾਣੇ ਮਿਲ ਕੇ ਇੱਕ ਸ਼ੂ ਭੇਜ ਦਿੰਦੇ ਤੇ ਆਪਾਂ 10,000 ਜਿਹੜਾ ਮਹੀਨੇ 'ਚ ਕਰ ਲੈਣਾ ਸੀ। ਸੋ ਅੱਗੇ ਤੋਂ ਅਸੀਂ ਜੋ ਵੀ ਮੁਹਿੰਮ ਸ਼ੁਰੂ ਕਰਾਂਗੇ ਜਾਂ ਟਾਰਗੇਟ ਅਸੀਂ ਲਵਾਂਗੇ, ਅਸੀਂ ਉਹਨੂੰ 2 ਸਾਲ ਨਹੀਂ ਲਾਉਣੇ। ਅਸੀਂ ਕੋਸ਼ਿਸ਼ ਕਰਨੀ ਕਿ ਅਸੀਂ ਵੱਧ ਤੋਂ ਵੱਧ ਸਕੂਲ ਕਵਰ ਕਰੀਏ, ਵੱਧ ਤੋਂ ਵੱਧ ਜਾਣਿਆਂ ਦੀ ਜਿਹੜੀ ਅਸੀਂ ਹੈਲਪ ਕਰੀਏ, ਕਿਉਂਕਿ ਹੁਣ ਅਸੀਂ ਇੱਕ ਵੱਡੀ, ਹੁਣ ਸਾਨੂੰ ਹੋਰ ਅੱਗੇ ਹੋਰ ਸਾਨੂੰ ਕੋਸ਼ਿਸ਼ ਉਹ ਅਸੀਂ ਹੈਲਪ ਹੋ ਸਕੇ, ਇਹ ਸਾਡੀ ਕੋਸ਼ਿਸ਼ ਜਿਹੜੀ ਆ ਹੋਣੀ ਚਾਹੀਦੀ ਆ। ਸੋ ਮੇਰੇ ਕੋਲ ਇੱਥੇ ਬੱਚੇ ਬੈਠੇ ਹੋਏ ਨੇ, ਕੱਲ ਤੋਂ ਸ਼ੂਜ਼ ਪਾ ਕੇ ਆਣੇ ਠੀਕ ਆ। ਤੁਹਾਡੀ ਕਿੱਥੋਂ ਟੁੱਟੀ ਚੱਪਲ ਦਿਖਾਓ, ਇੰਨੇ ਦੇਖੋ ਸਪੈਸ਼ਲ ਸ਼ੂਜ਼ ਪਾਏ ਨੇ ਅੱਜ। ਕੱਲ ਨਵੇਂ ਬੂਟ ਪਾ ਕੇ ਆਓਗੇ? ਚਲ ਹੱਸ ਕੇ ਦਿਖਾ ਦੇ ਫਿਰ ਜ਼ੋਰ ਦੀ। ਜਿਹੜੀ ਮਰਜ਼ੀ ਕੰਡੀਸ਼ਨ ਚ ਹੋ ਖੁਸ਼ ਹੁੰਦੇ ਨੇ, ਪੂਰਾ ਸਮਾਈਲ ਕਰ ਰਹੇ ਨੇ, ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਰਹੇ ਨੇ ਵਧੀਆ। ਇਹਨਾਂ ਨੂੰ ਕੋਈ ਇਹ ਨਹੀਂ ਹੈਗਾ ਕਿ ਹਾਂ ਵਧੀਆ ਬੂਟ ਪਹਿਣਗੇ ਤੇ ਤਾਂ ਜ਼ਿਆਦਾ ਹੱਸਾਂਗੇ, ਇੱਦਾਂ ਹੀ ਬੜੇ ਖੁਸ਼ ਨੇ ਹੈਨਾ। ਤੈਨੂੰ ਦਵਾਈ ਦੇ ਕੇ ਜਾਣੀ ਤੂੰ ਲਾਣੀ ਆ ਠੀਕ ਆ। ਚੱਪਲ ਪਾਣੀ ਬੂਟ ਨੀ ਪਾਣੀ, ਬੂਟ ਕਰਕੇ ਵੱਡੀ ਹੋ ਰਹੀ, ਪਹਿਲਾਂ ਠੀਕ ਕਰੋ। ਹਾਂ ਮੈਂ ਦੇਖਦੀ ਘੱਟੋ ਘੱਟ 6-7 ਬੱਚੇ ਨੇ ਕਿ ਜਿਨ੍ਹਾਂ ਦੇ ਪੈਰਾਂ 'ਤੇ ਕੋਈ ਨਾ ਕੋਈ ਸੱਟ ਲੱਗੀ ਆ, ਅਤੇ ਸਲਿੱਪਰ ਇਹਨਾਂ ਨੇ ਸਿੱਧੇ ਸਿੱਧੇ ਵਾਲੇ ਪਾਏ ਆ, 30-30 ਰੁਪਏ ਵਾਲੇ ਸਲਿੱਪਰ, ਅਤੇ ਉਹ ਵੀ ਪੂਰੇ ਅੱਗੋਂ ਜਿਹੜੇ ਆ ਟੁੱਟੇ ਹੋਏ ਨੇ। ਸੋ ਬਹੁਤ ਹੀ ਜ਼ਿਆਦਾ ਅਵੇਅਰਨੈਸ ਦੀ ਲੋੜ ਆ, ਸਕੂਲ ਵੱਲੋਂ ਬੜੀ ਅਵੇਅਰਨੈਸ ਦੀ ਲੋੜ ਆ ਕਿ ਤੁਸੀਂ ਪਲੀਜ਼ ਬੱਚਿਆਂ ਨੂੰ ਅਵੇਅਰ ਕਰੋ ਕਿ ਉਹ ਸ਼ੂਜ਼ ਜਿਹੜੇ ਆ ਉਹ ਪਾ ਕੇ ਆਉਣ। ਕਾਰਨ ਇਹ ਹੈਗਾ ਕਿ ਇਹ ਸ਼ੂਜ਼ ਨਾ ਪਾਉਣ ਕਰਕੇ, ਪੈਰ ਨਾ ਸਾਫ਼ ਰੱਖਣ ਕਰਕੇ ਬੱਚਿਆਂ ਦੇ ਬੁਰੇ ਤਰੀਕੇ ਨਾਲ ਪੇਟ ਵਿੱਚ ਜਿਹੜੇ ਕੀੜੇ ਹੋ ਰਹੇ ਨੇ, ਅਤੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਅੰਦਰੂਨੀ ਜਿਹੜਾ ਨੁਕਸਾਨ ਹੋ ਰਿਹਾ, ਜਿਹੜਾ ਸਾਨੂੰ ਦਿਖ ਨਹੀਂ ਰਿਹਾ, ਉਹਨਾਂ ਦੀਆਂ ਮੁਸਕਰਾਹਟਾਂ 'ਚ ਸਾਨੂੰ ਦਿਖ ਨਹੀਂ ਰਿਹਾ ਕਿ ਉਹਨਾਂ ਦਾ ਇਹ ਨੁਕਸਾਨ ਹੋ ਰਿਹਾ। ਸੋ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ ਇਸ ਚੀਜ਼ ਦੀ। ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਅਗਲੇ ਸਾਲ ਅਵੇਅਰਨੈਸ 'ਤੇ ਬਹੁਤ ਕੰਮ ਕੀਤਾ ਜਾਵੇ, ਬਹੁਤ ਜ਼ਿਆਦਾ ਬੱਚਿਆਂ ਨੂੰ ਸਿਖਾਉਣ ਦੀ ਲੋੜ ਆ, ਦੱਸਣ ਦੀ ਲੋੜ ਆ ਕਿ ਸਾਫ਼ ਪੈਰ ਰੱਖਣੇ ਨੇ, ਪੈਰ 'ਤੇ ਪਾਣੀ ਨਹੀਂ ਸਾਫ਼ ਹੋ ਜਾਣੇ ਨੇ, ਅਤੇ ਸਕੂਲ ਵੀ ਸਾਬਣ ਰੱਖ ਕੇ ਬੱਚਿਆਂ ਨੂੰ ਇਹ ਹੈਲਪ ਕਰ ਸਕਦਾ ਕਿ ਬੱਚਿਆਂ ਦੇ ਪੈਰ ਜਿਹੜੇ ਉਹ ਸਾਫ਼ ਰਹਿਣ, ਕਿਉਂਕਿ ਪੈਰਾਂ ਤੋਂ ਹੀ ਬੱਚਿਆਂ ਨੂੰ ਸਭ ਤੋਂ ਜ਼ਿਆਦੀਆਂ ਜਿਹੜੀਆਂ ਉਹ ਬਿਮਾਰੀਆਂ ਲੱਗ ਰਹੀਆਂ ਨੇ। ਸੋ ਜਿਹੜੇ ਵੀ ਸਾਡੇ ਡੋਨਰ ਸਾਨੂੰ ਸਪੋਰਟ ਕਰ ਰਹੇ ਨੇ, ਇੰਨੇ ਵੱਡੇ ਵੱਡੇ ਕੈਂਪੇਨਸ ਲਈ ਸਾਨੂੰ ਸਪੋਰਟ ਕਰ ਰਹੇ ਨੇ, ਜਿਹ 'ਚ 200-200 ਸ਼ੂਜ਼ ਇੱਕ ਸਕੂਲ ਨੂੰ ਜਾਣਾ, ਅਤੇ ਮੈਂ ਮਤਲਬ ਮੇਰਾ ਸਲਿਊਟ ਆ ਤੁਹਾਨੂੰ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਮੁਹਿੰਮ ਨੂੰ ਇੰਨਾ ਜ਼ਿਆਦਾ ਕਾਮਯਾਬ ਬਣਾ ਰਹੇ ਹੋ, ਅਤੇ ਵਾਕਈ ਇੱਕ ਬੱਚਾ ਜਿਹਨੇ ਤੁਹਾਨੂੰ ਇੰਨਾ ਜ਼ਿਆਦਾ ਅਸੀਸਾਂ ਦੇਣੀਆਂ ਨੇ, ਇੰਨਾ ਜ਼ਿਆਦਾ ਉਹਨੇ ਖੁਸ਼ ਹੋਣਾ ਹੈ, ਉਹਨੇ ਸਾਰੀ ਸਰਦੀ ਇਹ ਵਾਲੇ ਸ਼ੂਜ਼ ਜਿਹੜੇ ਆ ਉਹਨੇ ਪਾ ਕੇ ਹੀ ਆਉਣੇ ਆ, ਉਹ ਮਜਬੂਰ ਆ, ਉਹਨੇ ਪਾ ਕੇ ਹੀ ਸ਼ੂਜ਼ ਆਉਣੇ ਨੇ, ਕਿਉਂਕਿ ਉਹਨੂੰ ਠੰਡ ਲੱਗਣੀ ਅਤੇ ਉਹਨੇ ਸ਼ੂਜ਼ ਪਾਉਣੇ ਆ, ਅਤੇ ਉਹ ਹਮੇਸ਼ਾ ਹੀ ਸਾਨੂੰ ਯਾਦ ਕਰਦਾ ਰਹੇਗਾ, ਤੁਹਾਨੂੰ ਬਲੈਸਿੰਗਸ ਦਿੰਦਾ ਰਹੇਗਾ ਕਿ ਤੁਸੀਂ ਉਹਨੂੰ ਇਹ ਸ਼ੂਜ਼ ਜਿਹੜੇ ਆ ਪ੍ਰੋਵਾਈਡ ਕੀਤੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ।
ਆਲਰੇਡੀ ਕੈਂਪੇਨ ਅਸੀਂ ਅੱਜ ਦਾ ਸ਼ੁਰੂ ਕਰਤਾ ਸੀ ਅਤੇ ਸ਼ੂਜ਼ ਜਿਹੜੇ ਆ ਵੱਖ ਵੱਖ ਜਿਹੜੀਆਂ ਸੰਸਥਾਵਾਂ ਤੋਂ ਵੋਲੰਟੀਅਰਸ ਆਏ ਨੇ ਉਹ ਸ਼ੂਜ਼ ਪਵਾ ਰਹੇ ਨੇ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਬਿਕੋਜ਼ ਪਹਿਲਾਂ ਟੀਚਰਸ ਨੂੰ ਕਹਿਣਾ ਪੈਂਦਾ ਸੀ ਕਿ ਤੁਸੀਂ ਪਵਾ ਦਿਉ ਜਾਂ ਵੇਖਣਾ ਪੈਂਦਾ ਸੀ ਕਿ ਕੌਣ ਸ਼ੂਜ਼ ਪਵਾਏਗਾ ਅਤੇ ਇੱਕ ਵੱਡਾ ਕੈਂਪੇਨ ਆ ਇੱਥੇ ਵੋਲੰਟੀਅਰਸ ਆਏ ਨੇ ਅਤੇ ਕੈਂਪੇਨ ਬਹੁਤ ਹੀ ਅੱਛੇ ਤਰੀਕੇ ਨਾਲ ਜਿਹੜਾ ਇਸ ਪਿੰਡ ਦਾ ਕੈਂਪੇਨ ਜਿਹੜਾ ਹੋ ਰਿਹਾ ਮੈਂ ਥੋੜ੍ਹਾ ਜਿਹਾ ਖੁਦ ਕਵਰ ਕਰਾਂਗੀ ਅਤੇ ਫਿਰ ਮੈਂ ਆਪਣਾ ਕੈਮਰਾ ਜਿਹੜਾ ਇਹਨਾਂ ਨੂੰ ਦੇਵਾਂਗੀ ਮੋਬਾਈਲ ਤਾਂ ਕਿ ਮੈਂ ਆਪ ਵੀ ਪਾਰਟੀਸਪੇਟ ਕਰ ਸਕਾਂ ਅਤੇ ਫਿਰ ਅਸੀਂ ਵੀਡੀਓ ਦੇ ਐਂਡ ਵਿੱਚ ਦੁਬਾਰਾ ਮਿਲਾਂਗੇ ਸੋ ਸਭ ਤੋਂ ਖਾਸ ਗੱਲ ਇੱਕ ਹੋਰ ਹੈਗੀ ਇਸ ਪਿੰਡ ਦੀ ਕਿ ਜਦੋਂ ਮੈਂ ਆਈ ਇਸ ਪਿੰਡ ਦੇ ਵਿੱਚ ਅਤੇ ਮੈਨੂੰ ਆਉਂਦਿਆਂ ਹੀ 8-9 ਜਿਹੜੇ ਯੂਥ ਜਿਹੜੇ ਮੁੰਡੇ ਉਹ ਆਏ ਮੇਰੇ ਵੀਰ ਅਤੇ ਉਹਨਾਂ ਨੇ ਸਾਰਿਆਂ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਮੈਨੂੰ ਬਹੁਤ ਅੱਛਾ ਲੱਗਾ ਕਿ ਇਸ ਪਿੰਡ 'ਚ ਪਹਿਲੀ ਵਾਰੀ ਮੈਂ ਇੱਦਾਂ ਵੇਖਿਆ ਕਿ ਇੱਕ ਪੂਰਾ ਗਰੁੱਪ ਆਇਆ ਅਤੇ ਸਾਰਿਆਂ ਨੇ ਹੀ ਪੱਗ ਬੰਨ੍ਹੀ ਹੋਈ ਸੀ ਸੋ ਬਹੁਤ ਹੀ ਅੱਛਾ ਲੱਗਦਾ ਕਿ ਇੱਕ ਪੂਰੀ ਫੀਲਿੰਗ ਆਉਂਦੀ ਆ ਕਿ ਹਾਂ ਇਹ ਪੰਜਾਬ ਆ ਅਤੇ ਜਾਂ ਪੰਜਾਬ ਦੇ ਜਿਹੜੇ ਪਿੰਡ ਆ ਉੱਥੋਂ ਦੇ ਜਿਹੜੇ ਮੁੰਡੇ ਆ ਉਹਨਾਂ ਨੇ ਜਿਹੜੇ ਆ ਉਹ ਇਹ ਚੀਜ਼ ਨੂੰ ਸੰਭਾਲ ਕੇ ਰੱਖਿਆ ਹੈ ਪੱਗਾਂ ਬੰਨ੍ਹਦੇ ਨੇ ਅਤੇ ਜਦੋਂ ਪੂਰੇ ਪੂਰੇ ਗਰੁੱਪ 'ਚ ਆਉਂਦੇ ਨੇ 8-10 ਦੇ ਅਤੇ ਤਾਂ ਵੀ ਉਹ ਜਿਹੜੀਆਂ ਆਪਣੀ ਜਿਹੜੀ ਆ ਵਿਰਾਸਤ ਉਹਨਾਂ ਨੇ ਸੰਭਾਲ ਕੇ ਰੱਖਿਆ ਸੋ ਬਹੁਤ ਹੀ ਅੱਛਾ ਮੈਨੂੰ ਇਹ ਵਾਲਾ ਪੁਆਇੰਟ ਇੱਥੇ ਲੱਗਿਆ ਜਿਹੜਾ ਕਿ ਮੈਂ ਇਹਨਾਂ ਨੂੰ ਤਾਰੀਫ ਕੀਤੀ ਇਹਨਾਂ ਨੂੰ ਮੈਂ ਕਿਹਾ ਵੀ ਸੀ ਕਿ ਹਾਂ ਇਹ ਚੀਜ਼ ਮੈਨੂੰ ਬਹੁਤ ਅੱਛੀ ਲੱਗੀ ਇੱਥੇ
Thank you.
ਮੇਰੇ ਕੋਲ ਹੈਗਾ ਹੈ ਅਮਨ ਅਤੇ ਜਿਹੜਾ ਅੱਜ ਚੱਪਲ ਵੀ ਨਹੀਂ ਪਾ ਕੇ ਆਇਆ ਸਕੂਲ ਦੇ ਵਿੱਚ ਅਤੇ ਇਹ ਬੱਚੀ ਕਹਿ ਰਹੀ ਹੈ ਕਿ ਮੇਰਾ ਜਿਹੜਾ ਮੇਰੀ ਜਿਹੜੀ ਚੱਪਲ ਆ ਉਹ ਕਦੋਂ ਗੁਆਚੀ ਸੀ ਦੁਸ਼ਹਿਰੇ ਵਾਲੇ ਦਿਨ ਚੱਪਲ ਇਹਦੀ ਗੁਆਚੀ ਆ ਅਤੇ ਉਸ ਤੋਂ ਬਾਅਦ ਇੱਦਾਂ ਹੀ ਚੱਪਲ ਤੋਂ ਬਿਨਾਂ ਹੀ ਆਪਣਾ ਗੁਜ਼ਾਰਾ ਕਰ ਰਹੀ ਹੈ ਸੱਚ ਬੋਲਿਆ ਕਿ ਝੂਠ ਸੱਚ ਬੋਲਿਆ ਹੁਣ ਆਪਾਂ ਚੱਪਲ ਪਾਣੀ ਨਹੀਂ ਆਪਾਂ ਬੂਟੀ ਪਾਣੀ ਹੁਣ ਠੀਕ ਆ ਚਲੋ ਤੁਹਾਨੂੰ ਬੂਟ ਨਹੀਂ ਮਿਲੇ ਲੈ ਕੇ ਆ ਬੂਟ ਫਟਾਫਟ ਮੈਂ ਪਾਓ
ਕਿੰਨੇ ਬੱਚੇ ਚੱਪਲਾਂ ਜਾਂਦੇ ਦੱਸੋ ਵਾਧੂ ਜਿਹੜੇ ਜਿਹੜੇ ਹੈਗੇ ਉਹ ਸਾਰੇ ਚੱਪਲਾਂ ਪਾ ਕੇ ਆਉਂਦੇ ਆ ਹਾਂ ਚੱਪਲਾਂ ਕਿਉਂ ਪਾ ਕੇ ਆਉਂਦੇ ਆ ਕਿਉਂਕਿ ਇਹਨਾਂ ਤੇ ਬੂਟ ਨਹੀਂ ਹੁੰਦੇ ਹਾਂ ਠੀਕ ਹੈ ਤੇ ਹੁਣ ਤੂੰ ਮੈਂ ਸਾਰਿਆਂ ਨੂੰ ਕਿਹਾ ਕਰਾਂਗੀ ਬੂਟ ਪਾ ਕੇ ਆਓ ਮੈਂ ਸਾਰਿਆਂ ਨੂੰ ਕਿਹਾ ਕਰੂੰਗੀ ਬੂਟ ਪਾ ਕੇ ਆਉਣ ਦੀ ਫਿਰ ਜੇ ਤੂੰ ਕਹੇਂਗੀ ਫਿਰ ਮੈਂ ਅਗਲੇ ਸਾਲ ਫੇਰ ਆਉਂਗੀ ਠੀਕ ਹੈ ਮੇਰੀ ਫਰੈਂਡ ਬਣ ਗਈ ਹੈ ਚੱਲ ਕੀ ਫਿਰ ਨਹੀਂ ਬਣਦੀ ਤੈਨੂੰ ਮੈਂ ਆਪਣਾ ਕਾਰਡ ਦੇ ਕੇ ਜਾਣਾ ਵਾ ਆਪਣਾ ਫੋਨ ਨੰਬਰ ਤੂੰ ਕੰਮ ਲੈਣਾ ਠੀਕ ਹੈ ਜੇ ਤੂੰ ਵੱਡੀ ਹੋ ਗਈ ਤਾਂ ਮੈਨੂੰ ਫੋਨ ਕਰ ਫਿਰ ਤੈਨੂੰ ਲੈਣਾ ਮੇਰੇ ਕੋਲ ਕਾਰਡ Thank you.
ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫੇਰ। ਤੇ ਅੱਜ ਅਸੀਂ ਪਿੰਡ ਨੌਰੰਗਾਬਾਦ ਦੇ ਵਿੱਚ ਆ, ਜ਼ਿਲ੍ਹਾ ਤਰਨ ਤਾਰਨ, ਜਿੱਥੇ ਅਸੀਂ ਅੱਜ 200 ਸ਼ੂਜ਼ ਜਿਹੜੇ ਆ ਡਿਸਟ੍ਰੀਬਿਊਟ ਕੀਤੇ ਨੇ। ਇਸੇ ਪਿੰਡ ਦੇ ਲਖਵਿੰਦਰ ਸਿੰਘ ਜੀ ਨੇ, ਜੋ ਕਿ ਹਾਂਗਕਾਂਗ ਤੋਂ ਨੇ, ਉਹਨਾਂ ਦੀ ਪੂਰੀ ਫੈਮਿਲੀ ਨੇ ਇਹ ਕੈਂਪੇਨ ਸਪੋਂਸਰ ਕੀਤਾ ਹੈ। ਅਤੇ ਮੈਂ ਭੁਪਿੰਦਰ ਸਿੰਘ ਜੀ ਦਾ ਵੀ ਸ਼ੁਕਰੀਆ ਕਰਨਾ ਚਾਹਾਂਗੀ, ਜਿਨ੍ਹਾਂ ਨੇ ਇਹਨਾਂ ਨੂੰ ਰੈਫਰ ਕੀਤਾ ਹੈ ਇਸ ਕੈਂਪੇਨ ਨੂੰ ਸਪੋਂਸਰ ਕਰਨ ਲਈ। ਸੋ ਬਹੁਤ ਬਹੁਤ ਸ਼ੁਕਰੀਆ। ਅਤੇ ਅਸੀਂ ਬੜੀ ਤੇਜ਼ੀ ਨਾਲ ਆਪਣੇ ਟਾਰਗੇਟ ਵੱਲ ਵੱਧ ਰਹੇ ਹਾਂ। ਇਸ ਸਾਲ ਹੀ ਅਸੀਂ ਜਿਹੜਾ ਵਾ ਆਪਣਾ 10,000 ਸ਼ੂਜ਼ ਦੀ ਜਿਹੜੀ ਮੁਹਿੰਮ ਆ ਉਹ 15 ਦਸੰਬਰ ਨੂੰ ਅਸੀਂ ਖਤਮ ਕਰਾਂਗੇ, ਅਤੇ ਫਿਰ ਅਸੀਂ ਇੱਕ ਨਵੀਂ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਕਿ ਸਾਰਿਆਂ ਦਾ ਇੰਨਾ ਸਾਥ ਆ, ਇੰਨਾ ਪਿਆਰ ਆ। ਅਤੇ ਮੇਰੇ ਲਾਗੇ ਬੜੀਆਂ ਸੋਹਣੀਆਂ ਸੋਹਣੀਆਂ ਬੱਚੀਆਂ ਨੇ ਅੱਜ, ਅਤੇ ਬੜੀਆਂ ਖੁਸ਼ ਨੇ, ਇਹਨਾਂ ਨੂੰ ਮਿਲ ਹੀ ਲਿਆ ਆਪਾਂ। ਖੁਸ਼ ਬੂਟ ਲੈ ਕੇ ਦੱਸੋ, ਪੂਰਾ ਦਿਖਾਓ ਆਪਣੇ ਸ਼ੂਜ਼। ਦਿਖਾਓ ਆਪਣੇ ਸ਼ੂਜ਼, ਚਲੋ ਬਸ। ਸੋ ਸਮਾਈਲਸ ਇਹਨਾਂ ਦੀਆਂ ਤੁਸੀਂ ਆਪੇ ਦੇਖ ਸਕਦੇ ਹੋ ਕਿ ਕਿੰਨੇ ਖੁਸ਼ ਹੁੰਦੇ, ਤੇ ਹਰ ਸਕੂਲ ਚ ਇੰਨੇ ਖੁਸ਼ ਹੁੰਦੇ ਨੇ। ਸੋ ਲਾਸਟ ਗੱਲ ਇੱਕ ਮੈਂ ਕਰਨਾ ਚਾਹਾਂਗੀ, ਅੱਜ ਸਵੇਰੇ ਹੀ ਮੇਰੇ ਫੇਸਬੁੱਕ ਤੇ ਬਹੁਤ ਜ਼ਿਆਦਾ ਇੱਕ ਜਾਣੇ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ, ਜਿਹੜੀ ਮੈਨੂੰ ਕਰਨੀ ਨਹੀਂ ਚਾਹੀਦੀ ਵੈਸੇ। ਤੇ ਉਹਨਾਂ ਦਾ ਇੱਕ ਲਾਸਟ ਕਮੈਂਟ ਸੀ ਕਿ ਜੇ ਤੁਸੀਂ ਇਸ ਪਿੰਡ ਵਿੱਚ ਜਾਣਾ ਹੈ ਤੇ ਪੈਸੇ ਵੀ ਉਸੇ ਪਿੰਡ ਨੇ ਦੇਣੇ ਨੇ, ਤੇ ਤੁਹਾਨੂੰ ਉੱਥੇ ਜਾਣ ਦਾ ਮਤਲਬ ਕੀ ਮਤਲਬ ਹੈਗਾ ਹੈ। ਉਹ ਆਪੇ ਆਪਣੇ ਪਿੰਡ ਵਾਲੇ ਪਿੰਡ ਦੇ ਬੱਚਿਆਂ ਨੂੰ ਸਕੂਲ ਸ਼ੂਜ਼ ਦੇ ਦੇਣ, ਤੇ ਮਨਦੀਪ ਨੇ ਉੱਥੇ ਕਿਉਂ ਆਉਣਾ। ਸੋ ਮੈਂ ਉਹਦਾ ਜਵਾਬ ਦੇਣਾ ਚਾਹੁੰਦੀ ਹਾਂ ਕਿ ਇਹ ਮੇਰੀ ਸੈਲਫ ਆਪਣੀ ਇੱਛਾ ਵਾ। ਇੱਕ ਤਾਂ ਮੈਂ ਬਹੁਤ ਸ਼ੁਕਰੀਆ ਕਰਦੀ ਉਹਨਾਂ ਪਿੰਡਾਂ ਦਾ ਜਿਹੜੇ ਕਿ ਸਾਨੂੰ ਇੱਥੇ ਬੁਲਾਉਂਦੇ ਨੇ, ਆਪਣੇ ਪਿੰਡ 'ਚ ਬੁਲਾਉਂਦੇ ਨੇ ਆਪੇ ਸਪੋਂਸਰ ਕਰਕੇ ਕੈਂਪੇਨ, ਅਤੇ ਸਾਨੂੰ ਇਸ ਅੱਛੇ ਕਾਰਜ ਦਾ ਜਿਹੜਾ ਹਿੱਸਾ ਬਣਾਉਂਦੇ ਨੇ ਜਾਂ ਸਾਡੀ ਮੁਹਿੰਮ ਦਾ ਹਿੱਸਾ ਬਣ ਰਹੇ ਨੇ। ਅਤੇ ਜਦੋਂ ਅਸੀਂ ਕਿਸੇ ਪਿੰਡ ਵਿੱਚ ਜਾਂਦੇ ਹਾਂ, ਪਹਿਲੀ ਗੱਲ ਕਿ ਜੇ ਸਾਡੀ ਟੀਮ ਜਾਂਦੀ ਆ, ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਹੋਰ ਮੋਟੀਵੇਟ ਹੁੰਦੇ ਨੇ, ਬਹੁਤ ਸਾਰੇ ਪਿੰਡ ਹੋਰ ਮੋਟੀਵੇਟ ਹੁੰਦੇ ਨੇ। ਉਹਨਾਂ ਨੂੰ ਲੱਗਦਾ ਕਿ ਸਾਡੇ ਪਿੰਡ ਵੀ ਇਹ ਕੰਮ ਹੋਣਾ ਚਾਹੀਦਾ ਹੈ, ਹੋਰ ਅਵੇਅਰਨੈਸ ਜਿਹੜੀ ਇਸ ਚੀਜ਼ ਦੀ ਜਾਗਦੀ ਆ। ਅਤੇ ਦੂਜੀ ਗੱਲ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਖੁਦ ਪਤਾ ਹੈ ਕਿ ਸ਼ੂਜ਼ ਪਾ ਪਾ ਕੇ ਬੱਚਿਆਂ ਨੂੰ ਜਦੋਂ ਅਸੀਂ ਸ਼ੂਜ਼ ਪਹਿਨਾਉਂਦੇ ਹਾਂ ਤਾਂ ਉਹ ਕਿਸ ਤਰ੍ਹਾਂ ਦੀ ਫੀਲਿੰਗ ਆਉਂਦੀ ਆ, ਕਿੱਦਾਂ ਸਾਨੂੰ ਯੂਨੋ ਇੱਕ ਸਕੂਨ ਦੀ ਨੀਂਦ ਆਉਂਦੀ ਆ, ਕਿੰਨਾ ਸਾਨੂੰ ਪਿਆਰ ਪੈ ਜਾਂਦਾ ਹੈ ਬੱਚਿਆਂ ਨਾਲ। ਸੋ ਬੱਚਿਆਂ ਦਾ ਪਿਆਰ ਹੀ ਸਾਨੂੰ ਹਰ ਜਗ੍ਹਾ ਜਿਹੜਾ ਉਹ ਖਿੱਚ ਕੇ ਲੈ ਜਾਂਦਾ ਹੈ। ਇਹਦੇ ਵਿੱਚ ਕੋਈ ਸਪੈਸ਼ਲ ਕੋਈ ਚੀਫ ਗੈਸਟ ਵਾਲੀ ਗੱਲ ਨਹੀਂ ਹੈਗੀ, ਇਹ ਮੇਰਾ ਕੰਮ ਹੈਗਾ ਹੈ, ਇਹਨੂੰ ਮੈਂ ਆਪਣਾ ਕੰਮ ਮੰਨਦੀ ਹਾਂ, ਇਹਨੂੰ ਮੈਂ ਆਪਣਾ ਸ਼ੌਂਕ ਮੰਨਦੀ ਹਾਂ ਕਿ ਇਹ ਮੇਰੀ ਡਿਊਟੀ ਲਗਾਈ ਹੈ ਰੱਬ ਨੇ, ਨਾ ਕਿ ਮੈਨੂੰ ਕੋਈ ਸ਼ੌਂਕ ਆ ਕਿ ਮੈਂ ਅਲੱਗ ਅਲੱਗ ਕੋਈ ਜਗ੍ਹਾ 'ਤੇ ਜਾਣਾ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਰੱਬ ਨੇ ਡਿਊਟੀ ਲਗਾਈ ਹੈ, ਅਤੇ ਮੈਂ ਜਿੱਥੇ ਵੀ ਮੈਨੂੰ ਸੱਦਾ ਜਾਂ ਜਿੱਥੇ ਵੀ ਮੈਨੂੰ ਬੁਲਾਇਆ ਜਾਂਦਾ ਜਾਂ ਸਾਡੀ ਟੀਮ ਨੂੰ ਬੁਲਾਇਆ ਜਾਂਦਾ, ਅਤੇ ਅਸੀਂ ਉਸ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਹੋਰ ਵੀ ਜ਼ਿਆਦਾ ਬੱਚਿਆਂ ਦੀਆਂ ਮੁਸਕਰਾਹਟਾਂ ਨੂੰ ਮਹਿਸੂਸ ਕਰਨਾ ਚਾਹੁੰਦੇ ਹਾਂ, ਬੱਚਿਆਂ ਦੀਆਂ ਮੁਸਕਰਾਹਟਾਂ
ਬੱਚਿਆਂ ਦੀਆਂ ਬਲੈਸਿੰਗਸ ਅਸੀਂ ਲੈਣਾ ਚਾਹੁੰਦੇ, ਉਹਨਾਂ ਦੀਆਂ ਅਸੀਸਾਂ ਅਸੀਂ ਲੈਣਾ ਚਾਹੁੰਦੇ ਤਾਂ ਕਿ ਸਾਡੇ 'ਚ ਹੋਰ ਜੋਸ਼ ਭਰਿਆ ਰਹੇ ਅਤੇ ਹਰ ਪੰਜਾਬ ਦੇ ਪਿੰਡ ਨੂੰ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਹਾਂ, ਹਰ ਨੌਜਵਾਨ ਪੀੜ੍ਹੀ ਨੂੰ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਕਿ ਉਹ ਵੀ ਅੱਗੇ ਆਉਣ, ਕੋਈ ਨਾ ਕੋਈ ਕਾਰਜ ਜ਼ਰੂਰ ਆਰੰਭਣ ਅਤੇ ਜ਼ਰੂਰ ਆਪਣੇ ਪਿੰਡ ਲਈ ਜਿਹੜਾ ਵਾ ਕੁਛ ਨਾ ਕੁਛ ਕਰਨ। ਜੇ ਮੇਰੀ ਸ਼ੂਜ਼ ਦੀ ਡਿਊਟੀ ਲੱਗੀ ਹੈ ਤਾਂ ਤੁਸੀਂ ਕੋਈ ਵੀ ਹੋਰ ਕਾਰਜ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਸੋ ਇੰਨਾ ਜ਼ਿਆਦਾ ਪੂਰੇ ਪੰਜਾਬ ਦਾ, NRIs ਦਾ, ਹਰ ਇੱਕ ਜਗ੍ਹਾ ਤੋਂ ਜਿਨ੍ਹਾਂ ਨੇ ਵੀ ਇਸ ਮੁਹਿੰਮ 'ਚ ਸਾਡਾ ਬਹੁਤ ਸਾਥ ਦਿੱਤਾ ਹੈ, ਜਿੰਨੀ ਵਾਰੀ ਵੀ ਸ਼ੁਕਰੀਆ ਕਹਾਂ ਮੈਂ ਕਹਿੰਦੀ ਕਿ ਓਨੀ ਵਾਰੀ ਹੀ ਉਹ ਘੱਟ ਆ, ਕਿਉਂਕਿ ਹੁਣ ਮੈਂ ਰੋਜ਼ ਹੀ ਮੈਂ ਮੁਸਕਰਾਉਂਦੀ ਹਾਂ, ਰੋਜ਼ ਹੀ ਮੈਂ ਖੁਸ਼ ਹੁੰਦੀ ਹਾਂ ਇਹ ਸੋਚ ਕੇ ਕਿ ਜੋ ਮੈਂ ਸੋਚਿਆ ਸੀ। ਕਿਉਂਕਿ ਅਕਸਰ ਅਸੀਂ ਜਿਮ ਜਾਣ ਬਾਰੇ ਸੋਚਦੇ ਹਾਂ ਜਾਂ ਅਸੀਂ ਸੋਚਦੇ ਕਿ ਅਸੀਂ ਆਪਣੀ ਡਾਇਟ ਚੇਂਜ ਕਰ ਲੈਣੀ ਆ ਜਾਂ ਅਸੀਂ ਕਿੰਨਾ ਕੁਛ ਆਪਣੀ ਜ਼ਿੰਦਗੀ 'ਚ ਸੋਚਦੇ ਹਾਂ ਪਰ ਉਹ ਅਸੀਂ ਪੂਰਾ ਨਹੀਂ ਕਰ ਪਾਉਂਦੇ, ਅਸੀਂ ਵਿੱਚੇ ਛੱਡ ਦਿੰਦੇ ਹਾਂ, ਸਾਨੂੰ ਪ੍ਰੋਬਲਮ ਆ ਜਾਂਦੀ ਆ ਸਾਨੂੰ। ਅਸੀਂ ਆਪਣਾ ਟੀਚਾ ਕੰਪਲੀਟ ਕਰਨਾ ਜਿਹੜਾ ਉਹ ਬੜਾ ਇੱਕ ਟਫ ਕਾਰਜ ਆ, ਉਹਦੇ ਲਈ ਬੜੀ ਕੰਸਿਸਟੈਂਸੀ ਚਾਹੀਦੀ ਆ, ਬੜਾ ਸਪੋਰਟ ਚਾਹੀਦਾ, ਫੈਮਿਲੀ ਸਪੋਰਟ ਚਾਹੀਦਾ, ਬਾਹਰੋਂ ਸਪੋਰਟ ਚਾਹੀਦਾ, ਹਰ ਜਗ੍ਹਾ ਤੋਂ ਸਪੋਰਟ ਚਾਹੀਦਾ, ਬਹੁਤ ਸਾਰੇ ਵਿਰੋਧੀ ਵੀ ਹੁੰਦੇ ਆ। ਪਰ ਫਿਰ ਵੀ ਅਸੀਂ ਇਸ ਮੁਹਿੰਮ ਨੂੰ ਹੁਣ ਖਤਮ ਕਰਨ ਜਾ ਰਹੇ ਹਾਂ, 15 ਦਸੰਬਰ ਨੂੰ ਇਸ ਮੁਹਿੰਮ ਨੂੰ ਅਸੀਂ ਇੱਕ ਪੂਰਾ ਕੰਪਲੀਟ ਕਰਨ ਜਾ ਰਹੇ ਹਾਂ। ਹਰ ਇੱਕ ਦਾ ਹੀ ਬਹੁਤ ਹੀ ਜ਼ਿਆਦਾ ਸਹਿਯੋਗ ਆ ਅਤੇ ਨਿੰਦਣ ਵਾਲਿਆਂ ਦਾ ਵੀ ਜਿਹੜਾ ਵਾ ਬਹੁਤ ਖਾਸ ਸਹਿਯੋਗ ਆ ਕਿ ਜਿਨ੍ਹਾਂ ਦੇ ਕਰਕੇ ਸਾਨੂੰ ਹੋਰ ਉਤਸ਼ਾਹ ਮਿਲਦਾ ਕਿ ਹਾਂ ਅਸੀਂ ਕਰਨਾ ਹੀ ਕਰਨਾ, ਅਸੀਂ ਹੋਰ ਅੱਛਾ ਕਰਨਾ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਮੇਰੇ ਵੱਲੋਂ, ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ। ਮਨਦੀਪ ਕੌਰ ਸਿੱਧੂ।